بسم الله الرحمن الرحيم. الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم الصراط الذين أنعمت عليهم اللهم كن لمليك الحجة ابن حسن صلواتك عليه وعلى آبائه في هذه الساعة وفي كل ساعة من ساعة الليل والنهار وليا وحافظا وقاعدا ولا صلا ودليلا وعلما حتى تسقله وتمتعه فيها طويلا يا رب محمد وآل محمد عجل فرج آل محمد اللهم صل على محمد وآل محمد نعرہ تکبیر اللہ اکبر نعرہ بلند نعرہ تکبیر اللہ اکبر نعرہ رسالت یا رسول اللہ نعرہ رسالت یا رسول اللہ نعرہ حیدری یا علی نعرہ حیدری یا علی بر محمد و آل محمد ويعلمك من تأويل الحديث ويتم نعمته يعقوب كما أتمها على أبويك كما أتمها على أبويك من قبل إبراهيم
إبراهيم وإسحاق إن ربك عليم حكيم لقد كان في وإخوته آيات للسائلين إذ قالوا ليوسف وأخوه أحب إلى أبينا منا ونحن عصبة إن أبانا لفي ضلال مبين كبهتي
تیرے قاتل میں توں بھیا کفن گلابی میں کل نہیں بھولیا یا گزرے آئے یار ماں پچھلا پیر ستاوی رجب کا پچھلا پیر نانے نسرانی بہ کے قرآن میں تھپڑ رہے حسین غلام آئے حسین حاکم مدینہ نے تیکو کچہری چلے آئے پر میں نے اپنے حاکم کو غریب پیا دے میں ہڑے آوے اٹھے آئے قرآن چاہ کے مناسب مقام تے رکھے نانے نہ سلام کر کے دے نانا نہیں ٹکن دے اے لپ لاپ کے ترے آئے اپنی حویلی دے دروازے تے آئے اندر قدم آئے کائنات وچ ایک عجیب رشتہ ہے بہن تے بھرا نہ بھرا دی خوشی بہن تو لک سکتی ہے نہ بھرا دی غمی بہن تو لک سکتی ہے کیوں گا لینا ہنجو کوئی ہے تباؤں اس لکایا تباؤں اس لیکن نیل بہن نے سامنے آئے قریب آئیے داڑھی چمکیا دی حسین لک لک ودا رو میں ماں یاد آئی نانا یاد آئی ہتھن پھرا یاد آئی اگر سجن کہندے دل ٹکڑا بھول دے نہیں بی بی آدھی روندہ کیوں ہے آدھے دسان آیا دربار سدیا نے آدھی کہڑے ویلے ونج نہیں سید آدھے ہوں اے لپ لاک کے سرے علی دی جی کو کوئی خیال آئے پھر آدھا سامن لپ گئی ہے سید آدھے نئے ونج نہیں دی ادی ان کلا میں جنہ نے سدیا تو میری ماں پاس دیاس رکھ انہوں نے دربار کلا میں جنہ میرے موئے بھرا دی میت تیر مارے بھرا وہد بھی یہ منظر دتا ہے حرم جناب ابا جناب بابا مکان چاہیے تھا پاس اپنے بستر تے پتر کو سینے تے لٹائی پہ تیری شرم و حیا دی ملکہ چپ کر کے مٹی تے بہ گئی عباس کو پتر رسائے بابا میری اماں رو دی بیٹھی ہے
ਪਰ ਮੈਨੂੰ ਕਿਉਂ ਵਧੇ ਰੋਂਦੇ ਹੋ? ਹੱਥ ਬਨ ਕਹਿੰਦੀ ਰਾਵੀ ਪੁੱਛਦਾ ਤਾਂ ਹੋਏ ਜਿਹੜਾ ਕਿਸੇ ਦਾ ਕੁਝ ਲੱਗਦਾ ਹੋਵੇ। ਤੈਨੂੰ ਬਿਸਤਰ ਮਿਲ ਗਏ, ਪੁੱਤਰ ਦਾ ਪਿਆਰ ਮਿਲ ਗਈ, ਜੇ ਰੋਂਦੇ ਪੈਣ ਤਜ਼ਹਰਾ ਦੇ ਪਾਲ ਦੇ ਕਸ ਪਈ ਲੱਗਦੀ ਹੈ ਤਾਂ ਮੁਹੰਮਦ ਦੀ ਧੀਕੂ ਅੱਬਾ ਸਦਮੇ ਕਿਸੇ ਸੋਨਾ ਦੀ ਅੱਖਾਂ ਨਾਲ ਜ਼ੈਨਬ ਤੇ ਹੁਸੈਨ ਦੂਆ ਕੁਰੋਂ ਦਾ ਦੇਖ ਦਰਬਾਰ ਚ ਵੈਂਦਾ ਹੈ ਫੇਰ ਮੰਨਣ ਨਹੀਂ ਦੇਂਦੀ। ਇਹ ਗੱਲ ਸੁਣ ਕੇ ਅੱਬਾ ਉਹ ਸੁੱਠਿਆ ਹੈ ਨਾਲ ਨਹੀਂ ਸੰਭਲਿਆ। ਜਦੋਂ ਜੋਸ਼ ਤੁਰਿਆ ਜ਼ਮੀਨ ਕੰਬਦੀ ਆਈ, ਅੱਬਾਸ ਦੇ ਸ਼ਾਗਿਰਦ ਸਮਝਦੇ ਹਨ ਰਾਵੀ ਜੋਸ਼ ਚ ਸਾਰੇ ਇਕੱਠੇ ਹੋਏ। ਜਦੋਂ ਪਹਿਲੇ ਪਹਿਲੇ ਅੱਬਾਸ ਤੇ ਨਿਗਾਹ ਪਈ, ਇਸ ਫਿਰਾ ਦਾ ਦਾਮਨ ਛੋੜ ਕੇ ਅਸੀਂ ਹੋਣ ਲੱਗਾ ਹੋਏ ਮੌਲਾ ਤੇਰੀ ਜ਼ਿੰਦਗੀ ਦਰਾਜ਼ ਕਰ। ਜੇ ਤਈ ਅੱਬਾਸ ਰਹਿ ਗਏ ਬੀਬੀਆਂ ਕੋ ਆਖਿਆ ਘਬਰਾਓ ਨਹੀਂ, ਬਿਰਾ ਦਾ ਦਾਮਨ ਛੋੜ ਕੇ ਅਸੀਂ ਲੱਗੋ। ਚੰਦ ਕਦਮ ਤੁਰੇ ਪਰ ਮੈਨੂੰ ਅੱਬਾਸ ਮੈਂ ਤੈਨੂੰ ਦਰਬਾਰ ਚ ਨਹੀਂ ਲੈ ਵਜਣਾ। ਜਿਹੜੇ ਨਾਲ ਨਾ ਲੈ ਵਜਣ ਦਾ ਲੱਭਦਾ ਅੱਬਾਸ ਰੋ ਕੇ ਦਰਵਾਜ਼ੇ ਤੋਂ ਤੁਰਿਆ, ਇਸੇ ਅਦਾ ਤਾਂ ਮੈਂ ਨਾਲ ਨਹੀਂ ਦੇਂਦਾ ਦਰਵਾਜ਼ੇ ਤੋਂ ਕਿਉਂ ਵਜਣਾ? ਪਰ ਮੰਦਰਾ ਮੇਰੇ ਨਾਲ ਦਰਬਾਰ ਦੇ ਬੂਹੇ ਤੇ ਆਏ। ਅੱਬਾਸ ਤੁਸੀਂ ਸਾਰੇ ਇੱਥੇ ਰੁਕ ਵਜੋ, ਆਦੇ ਇਮਾਮ ਹੈ ਤੇਰੇ ਹੁਕਮ ਤੇ ਕਿਉਂ ਕਰਨਾ ਗੁਨਾਹ ਹੈ? ਕੱਲਾ ਬਹਿੰਦੇ ਦਰਬਾਰ ਚ, ਤੂੰ ਕੱਲਾ ਹੋਵੇ ਇਹ ਬਦਮਾਸ਼ ਇਕੱਠੇ ਤੇਰੇ ਨਾਲ ਸਿਰਫ ਕੋਈ ਗੁਸਤਾਖ ਉੱਚਾ ਚਾ ਬੋਲੇ, ਤੇਰੀ ਭੈਣ ਨੂੰ ਪਤਾ ਲੱਗੇ ਉਹ ਬਿੱਲਾ ਦੇਵੇ ਮੈਂ ਮਰ ਬੈਠਾ। ਤੂੰ ਹੈ ਅਲੀ ਦਾ ਪੁੱਤਰ, ਇਹ ਦਰਬਾਰ ਦਾ ਦਰਵਾਜ਼ਾ ਕੋਈ ਖੈਬਰ ਦੇ ਦਰਵਾਜ਼ੇ ਤੋਂ ਜ਼ਿਆਦਾ। ਅੰਦਰ ਆਏ ਨਾ ਕੁਰਸੀ ਦਿੱਤੀ ਹੈ ਪੇ ਸਾਫਤਾ ਉੱਠਣ, ਬਹਿ ਗਏ ਨਾ ਬੈਤਨਾਮਾ ਪੇਸ਼ ਕੀਤਾ, ਮੇਰੇ ਆਕਾ ਨੇ ਸਾਫ ਇਨਕਾਰ ਕੀਤਾ। ਮਿਹਰਬਾਨ ਇਬਨ ਹਕਮ ਮਹਿਵੇ ਬੁਧਾ ਇਸ਼ਾਰਾ ਕਰਕੇ ਦੇ ਹੁਸੈਨ ਕੱਲਾ ਹੀ ਮੇਰੇ ਆਕਾ ਨੇ ਦਿੱਤਾ ਫਰਮਾਨ ਯਬਨ ਤਲਕਾ, ਤੂੰ ਕੇ ਸਮਝੇ ਹੁਸੈਨ ਕੱਲਾ ਅਜੇ ਉੱਚੇ ਲਫਜ਼ਾ ਕਿਆ ਨੇ ਸੱਬਾ ਦਰਵਾਜ਼ਾ ਤਰੋੜ ਕੇ ਅੰਦਰ ਮੇਰੇ ਬਾਲਾ ਨੇ ਵੱਧ ਕੇ ਫਿਰਾ ਕੁਹਾਨ ਹੱਲਾ ਦਾੜੀ ਚਮਕਿਆ ਦੇ ਦਰਦਾ ਨਹੀਂ ਮੈਂ ਕਰਬਲਾ ਦਾ ਗਰੀਬ ਆਦੇ ਲੜਦਾ ਤਾਂ ਨਾ ਲੇਕਿਨ ਮੈਂ ਕੋ ਗੁਸਤਾਖ ਦਾ ਨਾ ਤਾਂ ਦੱਸ ਮੇਰੇ ਆਕਾ ਨੇ ਡਿੱਠਾ ਬਾਸ ਆਰਾਮ ਨਹੀਂ ਕਰੇਦਾ ਸੈਯਦਾ ਦੇ ਅਕਬਰ ਜੀ ਬਾਬਾ ਮੇਰਾ ਲਾਲ ਮੇਰੀ ਗੱਲ ਸੁਣ, ਪੁੱਤਰ ਕਰੀਬ ਹੈ ਮੇਰੇ ਇਮਾਮ ਨੇ ਅਕਬਰ ਦੇ ਕੰਨ ਵਿੱਚ ਕੋਈ ਗੱਲ ਕੀਤੀ, ਅਕਬਰ ਦਰਵਾਜ਼ੇ ਤੋਂ ਤੁਰੇ ਅੱਬਾਸ ਦੇ ਅਕਬਰ ਉਹ ਤੇਰਾ ਬਾਬਾ ਮੈਂ ਤੇਰਾ ਉਸਤਾਦ ਹਾਂ, ਮੈਂ ਕੁੜੇ ਸਾਈ ਵਾਲੇ ਬਾਬੇ ਕਿੱਥੇ ਭੇਜੇ ਇਸੇ ਗੱਲ ਦਾ ਮੈਂ ਦੱਸਣਾ ਤੁਝੇ ਨਹੀਂ ਪਿਆ ਆਰਾਮ ਕਰੇ ਨਾ ਮੈਂ ਅੱਖੇ ਲਗਾ ਵਨ ਘਰ ਮੇਰੀ ਸਕੀਨਾ ਕੁ ਦਰਬਾਰ ਚਾਹੀਆ ਹੱਥ ਬਨ ਕਹਿੰਦਾ ਪੁੱਤਰ ਗੁੱਸਾ ਨਹੀਂ ਕਿ ਮੈਂ ਮਾਰਨ ਪਏ ਮੈਂ ਕਹਿ ਕੁ ਪੁੱਜਣਾ ਦਾ ਮੇਰੀ ਗੈਰਤ ਬਰਦਾਸ਼ਤ ਨਹੀਂ ਕਰਦੀ ਮੇਰੇ ਦੇ ਦੇ ਸਕੀਨਾ ਦਰਬਾਰ ਚਾਵੇ ਅੱਜ ਤਾਂ ਨਾਲੇ ਦਾ ਅੱਲਾ ਜਾਵੇ ਉਹ ਕਿਹਾ ਜਾਵੇ ਵਾ ਉਹ ਪੀਰੇ ਦਾ ਗਰਦਨ ਤੇ ਹੱਥ ਰੱਖੀ ਖੜੀ ਉਹ ਸੀ ਅੱਜ ਅਸੀਂ ਗਰਦਨ ਝੁਕਾ ਗਰੀਬ ਦੀ ਧੀਆ ਜਲਦੀ ਅਸੀਂ ਤੰਗ ਮੇਰੀ ਗਰਦਨ ਦੁਖਦੀ ਹੈ
والا ہے غیر سدیا خوش آئے کیا دن کیوں سدیا نے سیدہ دے ٹکن نہیں دے دے جڑے پاری پین لوگوں میرے لف سمجھو ٹکن نہیں دے دے اب یہ کیڑے لے تر نہیں سیدہ دے اقرار منگایا اب یہ جڑے نہیں ٹکن دے دے رات دی منت کیوں چاہیے مجاور ٹریا ہوئے نہیں نبی نبی قبر کمبیا والے کلا نہ سیا رونا رونا میں قبر سے آئے قبر کہنا لا کیا دا میری دکھ پاس علی با میری دربار چو خالی ولی ہوئی ماں پتر توڑیا میں دے تے تیریاں دھیاں نال وقت تیرا دی قبر سے آوے تھے پھر آ میرا من اپمان ہوں قبر کہانا لا کر تیرے قاتل بیعت منگی میں صاف انکار کیتا ہے میں بدن سڑیا ہوں اب صاحب ہے بند پھر پڑھنا جی سیدہ دا تیرے قاتل شہر وچالے سیدہ کفن کلابی میں کو نہیں بھولیا ایو گزرے آئے یار ماں گھر والا ہے کوفہ دی وسطی کورتیا جن ہو میں نہ میری اکھاں نے حسین کو ٹر دا رکھا ہے میں مدینے آئی ہوں ڈٹھا مورتا مردہ دے ٹولے ٹولے محلہ بنو ہاشم دویں دے پہن میں ایک عورت کو پوچھے مائی اے سارے لوگ کتھا پہن میں کو جواب چاکے تنو علم نہیں سارے سردار تورے میں یادی میں آ کے ڈٹھا ایک نیتا لگی ہوں اٹھ بیٹھن ہک جوان جڑا پتھر کی جھولی بھری وزے اشارے کر کے دمد پرندے آشیاں نے چھوڑ دو پرواز بند کر دو اج رہنا بہر پیا لیے ایک ہور جوان ہے جڑا کرسی تے بیٹھے روندے بیٹھے تے آدا بیٹھے اپا جلدی کر میں ڈاڈا غریب تھوڑی جی دیر ہوئی سیدہ دے عباس دروازہ کھولو بیبیاں کو آنکھو باہر آوے اے عورت آدھی مستور آنیا رہی ہیں اٹھا تے چڑھ دیا رہی ہیں آخر تے ایک بیبی آئی ہے جے کو آنگا دے کے کرسی آدھا جوان اٹھائے جری ہکی قدم زمین کو چین دیئے کئی کئی واری زمین کم دیئے کرسی آدھا جوان اٹھی دیا دے بسم اللہ قدائیں لے باہر آوے لالی اے آدھیو مستور آکے محمد دے کول کھڑیا پاس آنو جو کہہ دے بسم اللہ میں تیرا ہوا بی بی آدھیو نہیں ہے پاس اکبر آدھے ہم میں سوار کرا نہیں اکبر قاسم آدھے یتیم دینا اکری ملور ہوئے میں تیرا ہوا نہیں قاسم کہہ بنا دے رہی سادہ میں تیرا ہوا نہیں حسین سیدہ دے کور تیرا ہوئی آدھے جو وہ تیرا ہوئے دے اچھاں گا سنگتی ہوئے اٹھا دے چڑھیاں تھوڑی جی دیر ہوئی ہے سیدہ دے عباس کہی دیر میری بھیڑا کڑائی محمل دیتھے ہوئی نائے تھک پئی ہیں نہ دے میں تیرے بھالا نہ نو کرا میں رہا ہمڑے روہ ہمڑے نہیں گھر ون یا روبا مروے سیا یا سورا مروے سیا
اندر آیا اور کہ جی ٹیکسی میں اور 39 گھروں میں چابیاں سامنے پئیاں اجرے چاہے جتے اصغر دی ماں پتر کو سمائی کھڑی دور کا چاہ کے دیوار جو دے دیا دی حسین دے گھر دی دیوار میں کڑا دے پٹون میں لگویا میں چورا اتنا کے میری سکی ماں جو کوئی نہیں سیدہ رباب امیر خاندان دی عورتیں سب یہ تکلیف برداشت نہ کرے تم میں غریب ڈلیا مار تن آیا جی تانے نہ مار میں کوئی چریم بھیڑا تو چنگی تک کوئی نہ سیدہ دے تیر کیوں دروازے کوڑے سیدہ دے میں غریب دی دھی انصاف کر میں ان خدمت کی تھی سکی ماں بھول گئی اس میں روزہ چھوڑ کے تو صبح گلے دے سی سیدہ دے تو دروازہ بند کر چابی میں کڑے ہو میری دھیے میں کوہانا لینا تو میری کڑ دولا گھن کے لنگ ہو سیالکوٹ دے آس پاس دے لوگوں کے رسا میرے حسین چاوی چاہ کے دھیرے سامنے آوے متا چم کے دے سبرا اولے اولے دیے جی پردیسی سید وقت دے سبرا دیے جی مسافر سید آدھے تیرا لگ دے کچھ نہ بابا اجڑے گھرانیا کنجی ہیں جیڑی مستور دروازہ بند کی تے چابی میں کوا دیتی نے بابا اینا تو پچھا نالا کوئی نہیں کنیا ہوں کچھ بھی نہیں جن دروازے کھولنے ہوئے سیدہ دے نارا نہ ہوئے تو بابا ہک چابی دے وڑا ہے رٹھی نہیں سجا ہاتھ ودا کے دی چابی دے ہو اکبر دا بابا چابی دے ہو سکینہ دا بابا چابی دے ہو سجا دا بابا چابی دے ہو کبرا دا بابا چابی دے ہو زینب زویر سیدہ دے تیرا کچھ دے ہو لگ دا آدھی اتھی ہوئے آنی جائیے نال پہیوں ہیں نہیں آنی میں تیری دھیو آہ میں کروں دا چھوڑ کے نٹھوئے آہ بابا میں بیمارا تھوڑے دن دی مہمان میرے کول مسند کوئی نہیں نہ میں چاہ سکدی ہاں چند منٹ میری اس میلی چادر سے بہوان سید بھائی گیا دی بابا میں مر ویسا جدہ میں مر ویسا تو سوا پھساؤ پورے خاندان چار بندے میری تبستان سیدہ دے کیڑا کیڑا دے پہلے پہلے تو تیرے پھر آپ پاس ہی نہ آوے قدمت دو ہاتھ آئے نواز رشتہ دارا نال جھیڑا ست تیرے نو کریں روجہ کون نہ آوی آدھے بابا میرا حصے دوی اکبر ہی نہ آوے بیا کون نہ آوی آدھے میری ماں روبام نہ آوے سسورا بی بی آدھے بابا میری چادر چھوڑ حسین چادر تو اٹھائے چادر چاہو کہ تُلیے سیدہ کو اللہ دے چوتھے سجر منا دے سا نکل کے آتمن کے دن نارا یتین سے تو ستو ہی نہ ہوئے سیدہ دے اپنی ساری سوائے یعنی بابا دی سوا کوئی آوی نہ آوی ہر کئی دی ملی بابا وادا پہ کہے دائی میں کوئی نہیں وادو ہے امام آکھے میں آونا کوئی ہیں میرا آقا دروازے چو باہر نکل دائے بابا بابا کر کے پچھو آن دی اللہ مطلب باس رکھن ستواری امام باہر نکلے ستواری بچی پچھو آئی ہے سیدہ دے ونجن نے نے دیا دی تو سنجو آنکھے میں کوئی نہیں مرنا سیدہ دے ہول میں کتورن دے پھکیاں تھک دیا پہیاں نہیں آج یہ تنو تردہ نہ دیکھ تک دیئے میری چادر ہے انہیں چار ساہ جکت بابا میری اکھا دے پتی جبن میں کو دیوار نال کھڑا جا وات لگا ونی کہنا صاحبے اپنے ہتھا نال دینی اکھا دے پتی بندی اسے اپنے دیوار نالا کھڑا رہے اس جتنے تن قدمہ دیا ہے سر دی رہی ہے کھڑی رہی ہے جلے پیرے دیا ہٹ مند ہوئی ہے بابا بابا کر کے دوری ہے دیوار نال تکہ لگی ہے چاوتے اٹھو آل ہے حسین کہ میں ماں دی اولادی میں تک رکھا دی روٹ بلا میری دیدہ مطہ پھٹ گئے محمد روک میری سغرا دے
آباد ہو. بسم اللہ الرحمن الرحیم. انما یرید اللہ لیذہب عنکم الرجس اہل البیت ویطہرکم تطہیرا. صلوات. صلوات بلند آواز رکھو. صرف مجلس دا رخ بدلن واسطے وغیرہ بڑا کافی وقت پڑ چکا میں ایک شیر قصیدے دا اور ان دے بعد ترے یا چار منٹ مختصر یا مسائل. خدا ان دے علم تو کو آباد و شاد رکھے. ہمیشہ سلامت رہو. تکلیف کرو ایک صلوات پڑھو خاندان. صلوات پڑھنا بہت بڑی عبادت ہے. بلند آواز نال پڑھو. اللہ نے مجھے
غلافِ انتہائے اسیری گزر گئی. زندان میں جوانی و پیری گزر گئی. جمادی اسانی نمائن پنج دادی پچھلا پہرے ایک تاجے جلنا ایوب وطن اصفہان پردہ دیک گلی چلنگ دا پہ یارے میں تریا وینا یا میری کن پچھو آوا ہے ایوب ہکواری والا آدھے میں رکیا ترن لگا دوجی واری آوا ہے ایوب لاپرواہی نکل جیواری آوے بغداد دکے دی سنے دئی مدینے دا غریب سنے دئی والا میں منتا کدا نہیں کیتیاں دومنا اپنی عاقبت دی اچھائی واسطے کیا دے میں واپس آیا کہ جتھم ایک پختہ دیوارے لوہے دیاں دوہریاں سلاخاں جنگلا لگا ہے ایک قیدی ہے جڑا سر تو پیر دیں لوہے چ مصروف ہے بھلا انہیں آباد رہو تہاڈے بچڑے جیون میں سامنے آیا میں آکھے قیدی میرا سلام آدھے لوگ میں کوکے دی سدن پہ انہاں دی مرضی تو نہ سد گناہ ہو سیا تہاڈے بچڑے جیون آباد رہو لوگ میں کوکے دی سدن دے رہن انہاں دی مرضی تو نہ سد گناہ ہو سی سدیا کیوں ہی فرمدن کدا مدینے گیا ہے ادھے مدت گزر گئی ہے میرے آقا موسیٰ کاظم نے گھر رضا دی ولادت ہوئی ہے میں مبارک واسطے گیا مت وقت نہیں پیا ملتا فرمدن اوہ مدینے الگ کاظم کسے جاتے تین ملے سنجھوڑ لے سی ادھے کڑا ہو سکتا ہے میری اکھا زمانے دے امام تو بھولن ہاتھ مصروف آنے سر کو جھٹکے دی دس مدت دے پریشان وال پیشانی تو ہٹن بیٹھو بیٹھو میں تو اس قیدی دے واقعات کے پڑھتا جنے برن دے بعد ہی زنجیر کسے نہیں بات بڑا پریشان ہوں دے زیر بیٹھ جاؤ میں عرضہ کردا انہیں نہ کروں میں نے کوئی تکلیف نہیں انہوں نے تکلیف ہوں دیئے جڑیاں کل دیاں آئیے بیٹھ جاؤں مدت دے پریشان وال پیشانی تو ہٹن پیشانی تو نور دی لائٹ نکلی ہے جس عرشِ عالم نال ٹکر کا دی آدھے سنجھان دے تو میں تو دیکھ میں تیرے امام موسیٰ کاظم آدھے کیڑا جرم کی تئی کتنی مدت گزری سیدہ دے جرم ہوئے جڑا میری دادی زینب دا مدت پوچھ دے قید تبوں میں اس شہر کی
ਜੀ ਉਹ 14 ਸਾਲ ਦਾਮਨ ਕੋਈ ਨਹੀਂ ਵੀ ਪਿਆ ਮੈਂ ਕੋਈ ਜਾ ਦਤਰੇ ਮੈਂ ਤਾਂ ਮੈਂ ਤੇਰੀ ਜ਼ਮਾਨਤ ਕਰਾਵਾਂ ਸਰ ਮੈਨੂੰ ਕਿਵੇਂ ਕਰੇ ਸੇ ਅਦੇ ਬੜੀ ਦੌਲਤ ਰੱਖਦਾ ਤੇਰੀ ਦੁਆ ਦਾ ਸਦਕਾ ਸਰ ਮੈਨੂੰ ਨਹੀਂ ਮੈਂ ਇਮਾਮ ਆ ਰਿਸ਼ਵਤ ਚਰਾਨ ਹਰਾਮ ਹੈ ਆਦੇ ਵਾ ਕਿਵੇਂ ਕੈਦੀ ਰਾ ਸੇ ਸਰ ਮੈਂ ਨਹੀਂ ਇਹ ਮਹੀਨਾ ਕਿਹੜਾ ਹੈ ਸਰਕਾਰ ਇਹ ਤਾਂ ਜਮਾ ਦੀ ਸਥਾਨੀ ਹੈ ਇਸ ਤੋਂ ਅਗਲਾ ਮੌਲਾ ਰਜਬ ਸਰ ਮੈਂ ਕੁਝ ਨਾ ਕਰ ਕੁਝ ਨਾ ਕਰ ਕਿਉਂ ਪਰ ਮੈਨੂੰ ਰਜਬ ਦੀ ਪੰਜੀ ਵਾਲੇ ਦਿਨ ਤਾਂ ਮੇਰੀ ਕੈਦ ਮੁੱਕ ਵੈਸੀ ਅੱਛਾ ਬਸ ਮੈਂ ਘਰ ਨਾ ਮੰਨਾ ਪਰ ਮੈਂ ਕਿਉਂ ਅਤੇ ਮੈਂ ਇੱਥੇ ਬੂਹੇ ਤੇ ਤੇਰੇ ਨੌਕਰ ਬਣ ਕੇ ਬੈਠਾ ਤੇਰਾ ਤੇਰਾ ਬਹਿਰ ਆਉਣ ਦਾ ਨਹੀਂ ਹੋ ਸੀ ਮੈਂ ਤੇਰੇ ਸੋਹਣੇ ਕੱਪੜੇ ਲਾਇਆ ਸਾਂ ਮੈਂ ਫੁੱਲ ਲਾਇਆ ਸਾਂ ਤੇਰੀਆਂ ਧੀਆਂ ਦੇ ਬੁਰਕੇ ਲਾਇਆ ਸਾਂ ਤੇਰੇ ਪੁੱਤਰਾਂ ਦੇ ਕੱਪੜੇ ਲਾਇਆ ਸਾਂ ਪਰ ਮੈਂ ਨਾ ਤੂੰ ਘਰ ਵੰਜ ਤੇਰੀ ਧੀ ਬੜੀ ਉਦਾਸ ਹੈ ਮੋਮਿਨ ਹੱਥ ਬੰਨ ਕੇ ਆਦੇ ਮੇਰੀ ਇੱਕ ਧੀ ਦਾ ਅਹਿਸਾਸ ਸੀ ਤੇਰੀਆਂ ਨਾ ਰੋਂਦੀਆਂ ਉਸ ਪਰ ਮੈਨੂੰ ਉਹਨਾਂ ਦਾ ਤਾਂ ਰੋਣਾ ਮੁਕੱਦਰ ਬਣ ਚੁੱਕਾ ਹੈ ਤੇਰੀ ਬੀਵੀ ਚੁੱਕੇ ਪਹਿਲੇ ਮਰ ਚੁੱਕੀ ਹੈ ਬੱਚੀ ਤੇਰੀ ਡਾਢੀ ਉਦਾਸ ਹੈ ਘਰ ਬਣ ਘਰ ਬਣ ਅਦਰ ਮੈਂ ਨਾ ਲੇਕਿਨ ਇਹ ਤਾਂ ਫਰਮਾ ਮੈਂ ਕਦਣ ਆਵਾਂ ਫਰਮਾਇਆ ਪੰਜੀ ਰਜਬ ਦੇ ਪਿਛਲੇ ਪਹਿਰ ਇਸੇ ਕੈਦ ਖਾਨੇ ਦੇ ਦਰਵਾਜ਼ੇ ਤੇ ਫਰਮਾਇਆ ਨਾ ਅੰਦਰ ਹੀ ਆਏ ਦਜਲਾ ਦੇ ਪੁੱਲ ਕੱਪੜੇ ਤੇ ਦੱਸ ਪੁੱਤਰਾਂ ਦੇ ਕਿਤਨੇ ਕੱਪੜੇ ਲਾਇਆ ਵਾ ਤੇਰੀਆਂ ਧੀਆਂ ਦੀਆਂ ਕਿਤਨੀਆਂ ਚਾਦਰਾਂ ਲਾਇਆ ਵਾ ਤੇਰੇ ਕਿਤਨੇ ਇਮਾਮੇ ਕਿਤਨੀਆਂ ਬਾਵਾਂ ਕਿਤਨੀਆਂ ਕਬਾਈ ਪਰ ਮੈਂ ਕੁਝ ਨਾ ਲਾਇਆ ਮੈਂ ਵਕਤ ਇਜਾਜ਼ਤ ਦੇ ਵੀ ਤਾਂ ਇੱਕ ਕਫਨ ਕਫਨ ਜ਼ਿੰਦਾ ਤੇ ਜ਼ਰੂਰੀ ਆ ਤੇ ਜੇ ਕੋਈ ਕਫਨ ਪਰ ਮੈਂ ਤੇਰਾ ਆ ਤੇ ਤੈਨੂੰ ਪਤਾ ਲੱਗ ਵੈਸੀ ਘਰ ਵੱਲ ਆਏ ਸੱਤ ਅੱਠ ਸਾਲ ਦੀ ਧੀ ਆਪਣੇ ਪਰਦੇ ਸੀ ਪਿਓ ਦਾ ਬਿਸਤਰ ਦਰੁਸਤ ਕੀਤਾ ਹੈ ਬਹਿ ਕੇ ਆਪਣੇ ਹੱਥਾਂ ਦੀ ਪੱਕੀ ਰੋਟੀ ਲੈ ਆਈ ਖਾ ਮੇਰਾ ਮੁਸਾਫਿਰ ਬਾਬਾ ਅਯੂਬ ਰੋਂਦਾ ਬੈਠਾ ਧੀ ਆਦੀ ਬਾਬਾ ਪਿਆਸ ਲੱਗੀ ਤਾਂ ਪਹਿਲੇ ਸ਼ਰਬਤ ਲੈ ਆਵਾਂ ਰੋਂਦਾ ਬੈਠਾ ਬੱਚੀ ਆਦੀ ਬਾਬਾ ਮੈਂ ਯਤੀਮ ਤੇ ਨਾਰਾਜ਼ ਹੈ ਸਾਰਾ ਲਾਇ ਬਾਬਾ ਤਜਾਰਤ ਚ ਘਾਟਾ ਆ ਗਈ ਤੇ ਘਬਰਾਉਂਦਾ ਹੋਵੇ ਜਿਹਦਾ ਵਾਰਿਸ ਕੋਈ ਨਾ ਹੋਵੇ ਤੂੰ ਰੋਟੀ ਖਾ ਲੈ ਮੈਂ ਤਿਆਰੀ ਕਰਦੀ ਹਾਂ ਮਦੀਨੇ ਜੁਲਦੇ ਹੈ ਤੂੰ ਇਮਾਮ ਤੂੰ ਪਿੰਨੇ ਮੈਂ ਸੈਣੀ ਤੂੰ ਪਿੰਨਤਾ ਅੱਲਾ ਬੜੀ ਬਰਕਤ ਦੇਸੀ ਜੀ ਦਾ ਸਰ ਤੂੰ ਕਹਿ ਦੇ ਜੇ ਪਿੰਨਣ ਤਿਆਰ ਹੈ ਉਹ ਤਾਂ ਕਹਿਦੀ ਬਾਬਾ ਤੁਹਾਨੂੰ ਕਹਿਣ ਦੱਸਿਆ ਅਯੂਬ ਆਦੇ ਮੈਂ ਆਪਣੀ ਅੱਖਾਂ ਦੇਖ ਆਇਆ ਪਿੱਛਾ ਹਟ ਗਈ ਹੈ ਬਾਬਾ ਮੈਂ ਤੇਰੇ ਨਾਲ ਨਹੀਂ ਬੋਲਦਾ ਅਯੂਬ ਆਦੇ ਕਿਉਂ ਬਾਬਾ ਇਮਾਮ ਕਹਿੰਦੇ ਤੂੰ ਜ਼ਿੰਦਾ ਘਰ ਵੱਲ ਆਏ ਆਦੇ ਮੈਂ ਕੀ ਕਰਾਂ ਸੀ ਆਦੀ ਸੋਨਾ ਨੂੰ ਆਖਿਆ ਮੈਨੂੰ ਕੈਦ ਕਰੋ ਮੇਰੇ ਇਮਾਮ ਨੂੰ ਛੋੜ ਬਾਬਾ ਬਜਣੇ ਅਯੂਬ ਆਦੇ ਬਾਬਾ ਜਦੋਂ ਦੀ ਮੇਰੀ ਮਾਂ ਹੋਈ ਮੈਂ ਕੋਈ ਸਵਾਲ ਨਹੀਂ ਕੀਤਾ ਬਾਬਾ ਜਦੋਂ ਮੰਨੇ ਮੈਨੂੰ ਲੈ ਅਯੂਬ ਆਦੇ ਕੀ ਕਰੇ ਸੀ ਅਸੀਂ ਇੱਕ ਤਾਂ ਆਪਣੀ ਮਾਂ ਦੀ ਜ਼ਿਆਰਤ ਕਰੇ ਸੀ ਦੂਸਰਾ ਦੇਖ ਤਾਂ ਇਸ ਬਦਮਾਸ਼ ਮੁਆਸ਼ਰੇ ਦੇ ਲੋਕ ਸ਼ਰੀਫਾਂ ਨੂੰ ਕੈਦ ਕਿਵੇਂ ਕਰਦੇ ਦਿਨ ਗੁਜ਼ਰਦੇ ਰਹੇ ਮੈਂ ਖਤਮ ਕਰਾਂ ਆਪਣੇ ਮੇਰਾ ਸੰਦੇਸ਼ ਦੇਵਾਂ ਜਬ ਵੀ ਰਜਬ ਦਾ ਪਿਛਲਾ ਪਹਿਰ ਹੈ ਸੰਦੀਪ ਨੇ ਸ਼ਾਇਦ ਦਾਰੋ ਗਏ ਕਫਤ ਦਾ ਨਾ ਹੈ ਤਕਰੀਬ ਚ ਅੰਗੂਰ ਵੰਡੇ ਨੇ ਤੇਰਾ ਹਿੱਸਾ ਹੈ ਰੁਮਾਲ ਹਟਾ ਕੇ ਅੰਗੂਰ ਅੰਦਰ ਇੱਠਾ ਆਸਮਾਨ ਤੋਂ ਦੇਖ ਕੇ ਪੜਿਆ ਇਹਨਾਂ ਨੇ ਲਹਿਰਾਜੇ ਹੁਣ ਮਦੀਨੇ ਨੂੰ ਦੇਖ ਕੇ ਫਰਮਾਨ ਅੱਜ ਸ਼ਾਮ ਬਗਦਾਦ ਦੀ ਪੁਲ ਤੇ ਆ ਕੇ ਮੇਰਾ ਜਨਾਜ਼ਾ ਪੜ ਵਜੇ ਇੱਕ ਦਾਣਾ ਤਰੋੜ ਕੇ ਮੂੰਹ ਵਿੱਚ ਪਾਇਆ ਹੁਣ ਬੇਸ਼ੱਕ ਕਲੇਜਾ ਕਾਬੂ ਕਰ ਇੱਕ ਦਾਣਾ ਤਰੋੜ ਕੇ ਮੂੰਹ ਵਿੱਚ ਪਾਇਆ ਸੰਧੀ ਅੰਗੂਰ ਲੈ ਜਾ ਕੈਦੀ ਖਾਂਦਾ ਨਹੀਂ ਪਰ ਮੈਨੂੰ
ਆਪਣੀ ਜ਼ਹਿਰ ਦੀ ਸ਼ਿੱਦਤ ਦੇਖ, ਮੇਰੀ ਕੈਦ ਦੀ ਮੁੱਦਤ ਦੇਖ। ਕੈਦੀ ਕਿਹੜੀ ਜ਼ਹਿਰ ਫਰਮਾਉਂਦੇ ਨੇ, ਮੈਂ ਇਮਾਮ ਹਾਂ। ਜਦੋਂ ਸਾਰੇ ਮੁਲਾਜ਼ਮ ਰੋਮ ਦੇ ਡਾਕਟਰ ਤੋਂ ਇਹ ਜ਼ਹਿਰ ਹਾਸਲ ਕੀਤਾ, ਉਸ ਡਾਕਟਰ ਨੇ ਨਹੀਂ ਆਖਿਆ ਇਤਨੀ ਸਖ਼ਤ ਜ਼ਹਿਰ ਹੈ, ਇਹਦਾ ਇੱਕ ਕਤਰਾ ਕਿਸੇ ਤਾਲਾਬ ਵਿੱਚ ਸੱਟੋ, ਉਹਦੇ ਚਰਾਣ ਵਾਲੇ ਜਾਨਵਰ ਤੜਪ ਤੜਪ ਮਰ ਜਾਵੇ। ਜਾਓ ਤੂੰ ਸ਼ਹੀਦ ਕਰੋ, ਮੇਰੀਆਂ ਧੀਆਂ ਯਤੀਮ ਹੋ ਗਏ। ਸੰਧੀ ਆ ਤੇ ਮੈਂ ਆ ਗਿਆ, ਜਦ ਰਾਤ ਚੱਲੀ ਮੈਂ ਹੁਕਮਰਾਨ ਆਖਿਆ ਬਣ ਕੈਦੀ ਤੂੰ ਦੇਖਾ ਕਿਵੇਂ ਪਈ ਗੁਜ਼ਰਦੀ। ਆਦਿਆ ਕਿ ਜਦੋਂ ਮੈਂ ਮਸਰੂਫ ਸਜਦਾ ਹੁੰਦਾ, ਲੇਕਿਨ ਅੱਜ ਆਇਆ ਕਹਿ ਵੇਲੇ ਸਜੇ ਜੰਗਲੇ ਤੇ ਵੰਡ ਆਉਂਦੇ, ਕਹਿ ਵੇਲੇ ਖੱਬੇ ਜੰਗਲੇ ਤੇ, ਕਹਿ ਵੇਲੇ ਆਦੇ ਕੋਈ ਤਾਂ ਮੇਰੇ ਜਿਗਰ ਕੋ ਜ਼ਹਿਰ ਖਾ ਗਈ ਏ। ਸੰਧੀ ਆ ਤੇ ਮੈਂ ਸਾਹਮਣੇ, ਮੇਰੇ ਤੇ ਨਿਗਾਹ ਪਈ ਸਰੇ ਸੰਧੀ ਸੰਧੀ, ਲੇਕਿਨ ਆਦੇ ਅੱਜ ਕੈਦੀ ਦੇ ਲਹਿਜੇ ਕਿਤਨਾ ਰੋ ਗਏ, ਮੇਰੇ ਬਦਨ ਦੇ ਵਾਲ ਖੜੇ ਹੋ ਗਏ, ਮੈਂ ਡਰ ਤੋਂ ਕੰਬਣ ਲੱਗ ਪਿਆ। ਮੈਂ ਸਾਹਮਣੇ ਆਇਆ, ਮੈਂ ਕੱਚੀ ਆਦੇ ਜਲਦੀ ਕਰ ਇਸ ਕਫਸ ਦੇ ਪਿੰਜਰੇ ਦਾ ਬੂਹਾ ਖੋਲ, ਮੈਨੂੰ ਬਹਿਰ ਲੈ ਵਨ, ਕਿਉਂ ਕੈਦੀ ਪਰਮਾਨੈਂਟ ਜ਼ਹਿਰ ਦਾ ਸੇਕ ਜ਼ਿਆਦਾ, ਇਹ ਜਗ੍ਹਾ ਬੜੀ ਤੰਗ ਹੈ, ਮੈਂ ਇੱਥੇ ਰੱਜ ਕੇ ਤੜਪ ਨਹੀਂ ਸਕਦਾ। ਖੁਦਾ ਜਾਣੇ ਤੂੰ ਕਿਵੇਂ ਪਿਆ ਸੁਣਨਾ, ਮੈਂ ਇੱਥੇ ਰੱਜ ਕੇ ਤੜਪ ਨਹੀਂ ਸਕਦਾ। ਆਦੇ ਕੈਦੀ ਮੈਨੂੰ ਹਾਕਮ ਦਾ ਹੁਕਮ ਨਹੀਂ, ਪਰਮਾਨੈਂਟ ਤੁਸਾਂ ਮੈਂ ਕੋ ਆਪਣੇ ਜਬਰ ਦਾ ਕੈਦੀ ਸਮਝਿਆ, ਅਸਾਂ ਅੱਲਾਹ ਦੇ ਅਮਰ ਦੇ ਕੈਦੀ ਹੈ। ਜ਼ੰਜੀਰ ਰਿੱਠਤ ਮੁੱਦਤ ਦੇ ਸਾਥੀਆਂ ਦੇ ਮੂੰਹ ਖੁੱਲਣ ਲੱਗ ਗਏ, ਪਰ ਮੈਨੂੰ ਹੁਣ ਤੂੰ ਇੱਥੇ ਠਹਿਰ, ਮੈਂ ਘਰ ਵੰਜਣਾ। ਦਾਰੋ ਵਾਹਿਰਤ ਨਾਲ ਲੈ ਕੇ ਆਦੇ ਕੈਦੀ ਤੇਰਾ ਘਰ ਹੈ, ਪਰ ਮੈਂ ਮੇਰਾ ਉਹ ਘਰ ਹੈ ਜਿੱਥੇ ਤਸਹੀਰ ਸਵਾਬ ਕਰੇ ਦੀ, ਮੇਰਾ ਉਹ ਘਰ ਹੈ ਜਿੱਥੇ ਰਹਿਮਤ ਦੇ ਫਰਿਸ਼ਤੇ ਨਾਜ਼ਰ ਹੁੰਦੇ ਨੇ। ਘਬਰਾ ਵੀ ਨਾ, ਮੈਂ ਹੁਣੇ ਵਾਪਸ ਆਵੈਨਾ। ਦਾਰੋ ਆਦੇ ਕੈਦੀ ਮਰਜ਼ੀ ਵਾਲਾ, ਮੇਰੇ ਤੇ ਜ਼ੁਲਮ ਸੀ, ਇਹ ਆਦਮ ਮੈਂ ਦੇਦਾ ਪਿਆ। ਇੱਕ ਵਾਰੀ ਆਖਿਆ ਅੱਲਾਹ ਅਕਬਰ, ਮੇਰੀਆਂ ਨਿਗਾਹ ਚ ਗਾਇਬ ਹੋ ਗਈ। ਇਹ ਜਾ ਰਹੇ ਮਾਮਤ ਨਾਲ ਮਦੀਨੇ ਆਏ, ਆਪਣੀ ਪਾਕ ਹਵੇਲੀ ਦਾ ਦਰਵਾਜ਼ਾ ਖੋਲਿਆ, ਰਜ਼ਾ ਦੀ ਮਾਂ ਦੀ ਨਿਗਾਹ ਪਈ ਹੈ। ਆਦੀ ਇਹ ਕੌਣ ਅੰਦਰ ਪਰਦਾਦਾਰਾਂ ਦਾ ਮਕਾਨ ਹੈ? ਸਈਦ ਕੋਈ ਜਵਾਬ ਦਿੱਤਾ ਹੈ, ਮਗਰ ਸਹਿਣ ਨਹੀਂ ਸੁਣਿਆ। ਆਦੀ ਰਾਤ ਦਾ ਵੇਲਾ ਅੰਦਰ ਨਾ ਮੇਰੀਆਂ ਧੀਆਂ ਸੁੱਤੀਆਂ ਹੋਈਆਂ। ਸਈਦ ਵਾਤੀ ਕੋਈ ਜਵਾਬ ਦਿੱਤਾ ਹੈ, ਮਗਰ ਬੀਬੀ ਨਹੀਂ ਸੁਣਿਆ। ਕੋਲਾ ਕੈਦੀ ਮਿੰਨਤ ਕਰੇਨੀਆਂ, ਅੰਦਰ ਨਾ ਬਗਦਾਦ ਦੇ ਕੈਦੀ ਦਾ ਮਕਾਨ ਹੈ। ਸਈਦਾਂ ਦੇ ਉੱਚੀ ਨਵਾਰ, ਮੈਂ ਬਗਦਾਦ ਦਾ ਕੈਦੀ ਆ, ਨਾ ਧਿਆਨ ਨਾ ਬੋਲ ਮੇਰਾ ਰਾਤ ਪਵੇ, ਮੈਂ ਤਾਂ ਮੇਰੀਆਂ ਧੀਆਂ ਦਾ ਰਵਈਆਂ ਪੱਤਰ ਗਸ, ਮੇਰਾ ਹਾਕਿਮ ਆ ਗਏ ਪੈਰਾਂ ਤੇ ਡੱਟੀਆਂ ਦੀ ਬਹੁ ਸ਼ੁਕਰ ਕੈਦ ਛੁੱਟ ਗਈ। ਸਹੀ ਅਦਾ ਦੇ ਜੇ ਨਹੀਂ ਛੁੱਟੀ ਕੈਦ ਸਵੇਰੇ ਛੁੱਟਣੀ ਏ, ਪਹਿਲੇ ਦੱਸਿਆ ਮੇਰੀਆਂ ਧੀਆਂ ਕਿੱਥੇ ਨੇ, ਬੀਬੀ ਆ ਵੀ ਕਿੱਥੋਂ ਵੰਜਣੇ ਨੇ, ਡੈਰੀ ਦੀਵਾਰ ਦਾ ਤੂੰ ਤੁਰ ਗਏ, ਮਗਰ ਵੇਲ ਤੂੰ ਫਾਰਗ ਹੋ ਕੇ ਸਾਰੀਆਂ ਸਿਹਨਤ ਕੱਠੀਆਂ ਹੋ ਬਾਣੀਆਂ, ਇੱਕ ਤੇਰਾ ਵੀ ਕਿਸੋਏ ਦੀ ਏ, ਬਈਆਂ ਰੋਂਦੀਆਂ ਰਹਿੰਦੀਆਂ, ਰੋਂਦੇ ਰੋਂਦੇ ਖਾਕ ਤੇ ਸਹਿ ਵੇਂਦੀਆਂ, ਹੁਣ ਸੁੱਤੀਆਂ ਹੁਣ ਸੁੱਤੀਆਂ, ਮੈਂ ਸਾਈ ਕੱਢ ਪਾਣੀ ਪੀ, ਮੈਂ ਤੇਰੀਆਂ ਧੀਆਂ ਨੂੰ ਜਗਾਉਣੀ ਆ। ਸੈਯਦਾ ਦੇ ਜਗਾ ਨਹੀਂ ਜਿੱਥੇ ਸੁੱਤੀਆਂ ਪਈਆਂ, ਮੈਨੂੰ ਲੈ ਵਣ, ਮੈਂ ਦੇ ਦਾ ਮੇਰੇ ਬਾਤ ਸਮਝੀਆਂ ਕਿਵੇਂ ਵਧੀਆਂ, ਬੀਬੀ ਵਾਰ ਸਾਹਤ ਰੱਬ ਕੇ ਧੀਆਂ ਦੇ ਸਿਰਾਂ ਨੇ ਲਈ ਆਈ ਏ, ਆ ਕੇ ਦੋਜ਼ਾ ਨੂੰ ਟੇਕ ਕੇ ਮਿੱਟੀ ਤੇ ਬਹਿ ਗਏ, ਧੀਆਂ ਦੇ ਮੂੰਹ ਤੂੰ ਕੱਪੜਾ ਹਟਾ, ਸੁੱਤੀਆਂ ਹੋਈਆਂ ਧੀਆਂ ਦੇ ਮੱਥੇ ਚੁੰਮਣੇ ਸ਼ੁਰੂ ਕੀਤੇ, ਬੀਬੀ ਹੱਥ ਰੱਬ ਕੇ ਆਦੀਆਂ ਸੁੱਤੀਆਂ ਕੁੱਲ ਚੁੰਮ, ਕੋਈ ਉਡੀਆਂ ਕੁ ਜਗਾ ਧੀਆਂ ਦੇ ਮੋਢੇ ਲਾ ਕੇ ਦੀਆਂ ਜਾਗੋ।